ਤੋ ਤੁਸੀਂ ਦੇਖਿਆ ਹੋਣਾ, ਮੇਰੇ ਕੋਲ ਖਬਰ ਆਈ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਅਰੈਸਟਡ ਇਨ ਕੈਨੇਡਾ ਫੇਸਿੰਗ ਡਿਪੋਰਟੇਸ਼ਨ ਫॉर ਵਰਕਿੰਗ ਟੂ ਮੈਨੀ ਆਵਰਸ। ਜੋਬਨਦੀਪ ਸੰਧੂ, ਇੰਟਰਨੈਸ਼ਨਲ ਸਟੂਡੈਂਟ ਫਰਮ ਪੰਜਾਬ, ਇਹ ਕੰਮ ਕਰ ਰਹੇ ਸਨ ਇੱਥੇ ਐਜ਼ ਅ ਟਰੱਕ ਡਰਾਈਵਰ, ਈਵਨ ਦੋ ਸਟੂਡੈਂਟ ਬਣ ਕੇ ਆਏ ਸੀ ਪੰਜਾਬ ਤੋਂ, ਅਰੈਸਟ ਹੋ ਗਿਆ ਤੇ ਕੁਡ ਸੂਨ ਬੀ ਡਿਪੋਰਟਡ ਫਾਰ ਵਰਕਿੰਗ ਟੂ ਹਾਰਡ। ਇਹ ਜਿਸ ਤਰ੍ਹਾਂ ਦੀ ਖਬਰ ਆਈ ਹੈ, globalnews.ca ਤੇ ਦੇਖ ਸਕਦੇ ਹੋ ਤੁਸੀਂ। ਦਸੰਬਰ 2016 ਸੋਰੀ 2017 ਵਿੱਚ ਇਹ ਟਰੱਕ ਡਰਾਈਵਰ ਚਲਾ ਰਹੇ ਸੀ ਟੋਰਾਂਟੋ ਟੂ ਮੋਂਟਰੀਅਲ, ਤੇ ਪੁਲਿਸ ਨੇ ਇਹਨਾਂ ਨੂੰ ਟਰੈਪ ਕਰ ਲਿਆ ਤੇ ਦੇਖਿਆ ਕਿ ਵੀ ਇਹ ਤੇ ਸਟੂਡੈਂਟ ਹੈ ਤੇ ਕੰਮ ਕਰ ਰਹੇ ਹੈ। ਪਤਾ ਕੀਤਾ ਇਮੀਗ੍ਰੇਸ਼ਨ ਤੋਂ ਕਿ ਵੀ ਇਹ ਤੇ ਬਹੁਤ ਜ਼ਿਆਦਾ ਕੰਮ ਕਰ ਰਹੇ ਹੈ, ਲੌਗ ਬੁੱਕ ਦਿਖਾ ਰਹੀ ਹੈ ਟਰੱਕ ਦੀ। ਸੋ ਪਤਾ ਲੱਗਿਆ ਕਿ ਵੀ ਇਹ ਸਟੂਡੈਂਟਸ ਹਨ ਤੇ ਸਟੂਡੈਂਟ ਨੂੰ ਅਲਾਊਡ ਨਹੀਂ ਹੈ ਇੰਨਾ ਜ਼ਿਆਦਾ ਕੰਮ ਕਰਨਾ, ਇਟਸ ਹੈਜ਼ ਟੂ ਰਾਈਟਿੰਗ। ਤਾਂ ਬਾਕੀ ਆਪਣੀ ਦਲੀਲ ਵੀ ਦੇ ਰਹੇ ਕਿ ਸੰਧੂ ਹੈਡ ਟੂ ਵਰਕ ਫੁੱਲ ਟਾਈਮ ਆਫ ਕੈਂਪਸ, ਸਿਰਫ 20 ਆਵਰਸ ਦੇ ਵੀਕ ਹੁੰਦਾ ਹੈ, ਪਰ ਇਹਨਾਂ ਕੋਲ ਪੈਸਾ ਨਹੀਂ ਹੈ, ਹਾਈ ਕਾਸਟ ਆਫ ਟਿਊਸ਼ਨ ਆਫ $27,000, ਸੋ ਵਗੈਰਾ 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 ਕਰਕੇ ਇਹ ਸਾਰਾ ਕੰਮ ਹੋਇਆ ਹੈ। ਆ ਨਿਊਜ਼ ਜਿਹੜੀ ਆਈ ਨਾ ਮਈ 8, 2019 ਨੂੰ ਆਈ ਹੈ, ਸੋ ਤੁਸੀਂ ਇਹ ਜਾ ਕੇ ਗੂਗਲ 'ਤੇ ਚੈੱਕ ਕਰ ਸਕਦੇ ਹੋ ਜੋਬਨਦੀਪ ਸੰਧੂ ਦੇ ਨਾਮ 'ਤੇ। ਪਰ ਇਹਨਾਂ ਨੇ ਵਕੀਲਾਂ ਨੇ ਦਲੀਲ ਦਿੱਤੀ, ਦੇਖੋ ਇਹ ਦੁਨੀਆ ਨੂੰ ਪਤਾ ਹੈ ਕਿ ਸਟੂਡੈਂਟ ਨੂੰ ਅਲਾਊਡ ਨਹੀਂ ਹੈ, ਫਿਰ ਵੀ ਕੰਮ ਕਰੀ ਜਾਂਦੇ ਨੇ, ਅੰਡਰ ਦ ਟੇਬਲ ਕੈਸ਼ ਕੁਸ਼ ਕਰੀ ਜਾਂਦੇ ਨੇ, ਦੇਖਿਆ ਸੀ ਹੂ ਕੇਅਰਸ। ਪਰ ਇਹਨਾਂ ਦੇ ਵਕੀਲ, ਦੇਖੋ ਵਕੀਲਾਂ ਦੀ ਗੱਲ ਕੀ ਹੈ, ਵਕੀਲ ਦਲੀਲ ਦੇ ਰਹੇ ਨਹੀਂ ਜੀ ਤੁਹਾਡੇ ਲਾਜ਼ ਬਹੁਤ ਸਖਤ ਹੈ ਜੀ, ਸਟੂਡੈਂਟਾਂ ਨੂੰ ਕੋਲ ਪੈਸਾ ਨਹੀਂ ਜੀ, ਸਟੂਡੈਂਟ ਪੈਸੇ ਲਿਆ ਰਹੇ ਹੈ ਇੰਡੀਆ ਤੋਂ, ਬਹੁਤ ਜ਼ਿਆਦਾ ਇਹਨਾਂ ਤੋਂ ਖਰਚਾ ਹੈ ਜੀ, ਬਰਡਨ ਹੈ, ਇਹਨਾਂ ਨੂੰ ਕੰਮ ਕਰਨ ਦਿੱਤਾ ਜਾਏ ਕਿ ਤੁਸੀਂ ਕੰਮ ਕਰੋ ਤੇ ਆਪਣਾ ਖਰਚਾ ਪੂਰਾ ਕਰੋ, ਤੇ ਇਹ ਇਸ ਤਰ੍ਹਾਂ ਕਹਿ ਰਹੇ ਹੈ ਵਿਚ ਇਸ ਨੋਨਸੈਂਸ ਐਕਚੁਅਲੀ। ਜਦ ਸਟੂਡੈਂਟ ਨੂੰ ਪਤਾ ਹੀ ਸੀ ਪਹਿਲਾਂ ਕਿ ਵੀ ਮੈਂ ਕੰਮ ਨਹੀਂ ਕਰ ਸਕਦਾ ਤੇ ਵਾਈ ਇਜ਼ ਹੀ ਡੂਇੰਗ ਦਿਸ ਜੋਬ, ਕਲੀਅਰਲੀ ਇਟਸ ਅ ਵਾਇਲੇਸ਼ਨ ਆਫ ਕੈਨੇਡਾ ਲਾਅ, ਅਨਲੈਸ ਪਾਰਲੀਮੈਂਟ ਇਸ ਲਾਅ ਨੂੰ ਚੇਂਜ ਨਹੀਂ ਕਰਦੀ ਤਦ ਤੱਕ ਇਹ ਲਾਅ ਤੇ ਲਾਅ ਹੀ ਹੈ। ਜੇ ਤੁਸੀਂ ਆਪ ਹੀ ਵਾਇਲੇਟ ਕਰ ਰਹੇ ਹੋ ਤੇ ਯੂ ਵਿਲ ਬੀ ਰਿਸਪੋਂਸਿਬਲ। ਮੇਰਾ ਖਿਆਲ ਹੈ ਕਿ ਇਹ ਆਰਟੀਕਲ ਕਿਉਂ ਆਇਆ ਇਸ ਵਕਤ ਕਿ ਸ਼ਾਇਦ ਇਹਨਾਂ ਦੀ ਡਿਪੋਰਟੇਸ਼ਨ ਹੋਣ ਵਾਲੀ, ਡਿਪੋਰਟੇਸ਼ਨ ਤਾਂ ਨਹੀਂ ਹੋਏਗੀ ਵਿਚ ਵੀ ਵਿਲ ਟਾਕ ਲੇਟਰ, ਪਰ ਇਹਨਾਂ ਦਾ ਫੈਸਲਾ ਹੋਣ ਵਾਲਾ ਹੈ ਸ਼ਾਇਦ CBS ਤੋਂ। ਐਡਰੀਨ ਸਮਿਥ ਇਹਨਾਂ ਦੇ ਲਾਇਰ ਕੀਤਾ ਹੋਇਆ, ਵਾਹ ਜੀ ਵਾਹ, ਲਾਇਰ ਕੀ ਕਹਿ ਰਹੀ ਹੈ, ਲਾਇਰ ਕਹਿ ਰਹੀ ਹੈ ਆਈ ਹੈਵ ਨੈਵਰ ਸੀਨ ਅ ਕੇਸ ਵੇਅਰ OPP ਆਫੀਸਰ ਟੇਕਸ ਇਟ ਅਪਨ ਥੈਮਸੈਲਵ ਟੂ ਡੂ देयर ਓਨ ਇਮੀਗ੍ਰੇਸ਼ਨ ਇਨਵੈਸਟੀਗੇਸ਼ਨ ਵਿਦ ਵੈਦਰ ਸਮਵਨ ਇਜ਼ ਵਰਕਿੰਗ ਅਨ ਅਲਾਟਡ ਆਵਰਸ ਅੰਡਰ ਸਟੱਡੀ ਪਰਮਿਟ। ਮਤਲਬ ਵਕੀਲ ਨਹੀਂ ਇਹ ਕਹਿ ਰਹੀ ਹੈ ਕਿ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਵੀ ਪੁਲਿਸ ਇੰਨੀ ਇਨਵੈਸਟੀਗੇਸ਼ਨ ਵੀ ਕਰਦੀ ਹੈ ਸਟੂਡੈਂਟ ਖਿਲਾਫ਼, ਤੇ ਕਿਉਂ ਕੀਤੀ ਇਹਨਾਂ ਨੇ ਇਨਵੈਸਟੀਗੇਸ਼ਨ, ਨਹੀਂ ਕਰਨੀ ਚਾਹੀਦੀ ਸੀ, ਮੇਰਾ ਕਲਾਇੰਟ ਹੈ। ਸੋ ਵਕੀਲ ਨਹੀਂ ਤਾਂ ਇਹ ਕਹਿ ਰਹੀ ਹੈ। ਸੋ ਸੰਧੂ ਉਸ ਵਕਤ 10 ਦਿਨ ਰਹਿ ਗਏ ਸੀ ਇਹਨਾਂ ਦੇ ਫਿਨਿਸ਼ਿੰਗ ਡਿਪਲੋਮਾ ਐਟ ਕੈਨੇਡੋਰ ਕਾਲਜ ਮਿਸਾਗਾ ਟੂ ਬਿਕਮ ਮਕੈਨੀਕਲ ਇੰਜੀਨੀਅਰ ਟੈਕਨੀਸ਼ੀਅਨ। ਸੋ ਇਹ ਇਹਨਾਂ ਨੂੰ ਅਰੈਸਟ ਕਰਕੇ ਹੱਥਕੜੀਆਂ ਲਾ ਕੇ ਇਹਨਾਂ ਨੂੰ ਲੈ ਗਏ ਡਿਟੈਂਸ਼ਨ ਵਿੱਚ, ਜਾ ਕੇ ਫਿਰ ਇਮੀਗ੍ਰੇਸ਼ਨ ਤੋਂ ਚੈੱਕ ਕੀਤਾ ਤੇ ਪਤਾ ਲੱਗਾ ਕਿ ਜ਼ਿਆਦਾ ਕੰਮ ਕਰ ਰਹੇ ਹੈ। ਬਾਕੀ ਆਰਟੀਕਲ ਵਿੱਚ ਕਾਫੀ ਕੁਛ ਹੈ, ਆਰਟੀਕਲ ਦੇ ਬਾਰੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਸੀ ਕਿ ਕਾਫੀ ਕਾਫੀ ਲੋਕਾਂ ਨੇ ਕਿਹਾ ਵੀ ਤੁਸੀਂ ਰੂਲ ਚੇਂਜ ਕਰੋ, 20 ਆਵਰਸ ਬਹੁਤ ਘੱਟ ਟਾਈਮ ਹੈ, ਤੁਸੀਂ ਇਹਨਾਂ ਨੂੰ ਜ਼ਿਆਦਾ ਟਾਈਮ ਦਿਓ, ਕੰਮ ਕਰਕੇ ਆਪਣਾ ਪੈਸਾ ਕਮਾ ਸਕਦੇ ਹੈ। ਸੋ ਆਈ ਜਸਟ ਵਾਂਟ ਟੂ ਸ਼ੋ ਯੂ ਸੰਧੂਜ਼ ਰਿਕੁਐਸਟ ਟੂ ਸੇ, ਸੰਧੂ ਸੈਡ ਹੀ ਰਿਕੁਐਸਟ ਵਟ ਹੀ ਡਿਡ, ਹੀ ਇਨਸਿਸਟ ਵਰਕਿੰਗ ਫੁੱਲ ਟਾਈਮ ਵਾਸ ਓਨਲੀ ਵਹੀਕਲ ਸਟੇ ਇਨ ਸਕੂਲ, ਆਈ ਡੋਨਟ ਥਿੰਕ ਇਟਸ ਅ ਬਿਗ ਕ੍ਰਾਈਮ, ਫਰੋਮ ਦਾ ਬਿਗਨਿੰਗ ਆਈ ਐਡਮਿਟਿਡ ਦੈਟ ਆਈ ਵਾਸ ਵਰਕਿੰਗ ਫੁੱਲ ਟਾਈਮ। ਸੰਧੂ ਜੀ ਕਹਿ ਰਹੇ ਹਨ ਕਿ ਵੀ ਮੈਨੂੰ ਤਾਂ ਪਤਾ ਹੀ ਸੀ ਕਿ ਮੈਂ ਕੰਮ ਕਰਨਾ ਹੈ ਤੇ, ਪਰ ਅਫਸੋਸ ਹੈ ਕਿ ਹੋ ਗਿਆ, ਲੇਕਿਨ ਕੋਈ ਕ੍ਰਾਈਮ ਥੋੜ੍ਹੀ ਹੈ, ਮੈਂ ਤਾਂ ਕਰ ਹੀ ਰਿਹਾ ਕੰਮ, ਸੋ ਵਟ, ਆਈ ਹੈਡ ਟੂ ਮੇਕ ਮਨੀ। ਸੋ ਇਹ ਇਸ ਤਰ੍ਹਾਂ ਕਹਿ ਰਹੇ ਹਨ। ਜਿਹੜੀ ਇਮੀਗ੍ਰੇਸ਼ਨ ਇਹਦਾ ਐਂਗਲ ਇਸ ਤਰ੍ਹਾਂ ਹੈ ਕਿ ਮੇਰਾ ਖਿਆਲ ਹੈ ਕਿ ਇਹਨਾਂ ਦੇ ਵਕੀਲ ਨੇ ਰੀਸੈਂਟਲੀ ਜਾਂ ਸ਼ਾਇਦ ਇਹਨਾਂ ਦੀ ਕੋਈ ਐਪਲੀਕੇਸ਼ਨ ਪ੍ਰੋਸੈਸਿੰਗ ਕੰਕਲੂਡ ਹੋਣ ਵਾਲੀ ਹੈ, ਇਹਨਾਂ ਨੇ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਅਪਲਾਈ ਕਰ ਲਿਆ ਹੈ। ਦੇਖੋ ਦਿਸ ਇਜ਼ ਕਾਲਡ ਟੈਂਪਰੇਰੀ ਰੈਜ਼ੀਡੈਂਟ ਪਰਮਿਟ। ਸੋ ਅਗਰ ਜੇ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਮਿਲ ਗਿਆ ਤੇ ਫਿਰ ਤੇ ਉਹ ਰਹਿ ਸਕਦੇ ਹੈ ਕੁਛ ਟਾਈਮ ਹੋਰ, ਉਹਦੇ ਬਾਅਦ TRP ਦੇ ਬਾਅਦ ਫਿਰ ਵਰਕ ਪਰਮਿਟ ਅਪਲਾਈ ਕਰ ਸਕਦੇ ਹੈ, ਸਟੱਡੀ ਪਰਮਿਟ ਅਪਲਾਈ ਕਰਕੇ ਆਪਣਾ ਪੂਰਾ ਕਰ ਸਕਦੇ ਹੈ। ਅਦਰਵਾਈਜ਼ May 31st, ਅਥਰ ਤਾਂ ਕਰਕੇ ਇਹ ਰਿਪੋਰਟ ਆਈ ਅੱਜ, May 31st ਤੱਕ CBSA ਨੇ ਇਹਨਾਂ ਨੂੰ ਆਲਰੇਡੀ ਰਿਮੂਵਲ ਨੋਟਿਸ ਸ਼ਾਇਦ ਦੇ ਚੁੱਕੇ ਹੈ ਕਿ ਵੀ ਤੁਸੀਂ May 31st ਤੱਕ ਤੁਸੀਂ ਜਾਓ, ਅਨਲੈਸ ਕਿ TRP ਅਪਰੂਵ ਨਾ ਹੋ ਜਾਏ ਦੇ ਹੈਵ ਟੂ ਗੋ। ਸੋ ਇਹ ਹੈ, ਤੇ ਦੋਸਤੋ ਸਟੂਡੈਂਟਾਂ ਦਾ ਖੇਲ ਇਸ ਤਰ੍ਹਾਂ ਹੈ ਕਿ ਵੀ ਤੁਸੀਂ ਸਟੂਡੈਂਟ ਤੇ ਆ ਰਹੇ ਹੈ ਕਿ ਅਸੀਂ ਪੜ੍ਹਾਈ ਕਰਨ ਚੱਲੇ ਹਾਂ ਜੀ, ਬਸ ਪੜ੍ਹਾਈ ਕਰਕੇ ਅਸੀਂ ਕਰ ਲੈਣਾ, ਲੇਕਿਨ ਇੱਥੇ
ਇਲੀਗਲ ਕੰਮ ਕਰਨਾ, ਦਿਸ ਇਜ਼ ਕਾਲਡ ਇਲੀਗਲ ਵਰਕ। ਲਾਅ ਇਜ਼ ਲਾਅ, ਬਾਕੀ ਲਾਅ ਮੈਨੂੰ ਪਤਾ ਹੈ ਕਿ ਇਟਸ ਨਾਟ ਟੂ ਸਾਫਟ, ਇਹ ਹੈ ਹਾਰਸ਼ ਕੰਡੀਸ਼ਨਸ, ਬਟ ਜੋ ਲਾਅ ਹੈ ਜੋ ਲਾਅ ਹੈ। ਜਦ ਅਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹਾਂ ਉੱਥੇ ਚੰਡੀਗੜ੍ਹ, ਤਾਂ ਅਸੀਂ ਕਹਿੰਦੇ ਹਾਂ ਕਿ ਵੀ ਵੀ ਵਿਲ ਰਿਸਪੈਕਟ ਦ ਲਾਅ, ਵੀ ਵਿਲ ਨਾਟ ਬ੍ਰੇਕ ਦ ਲਾਅ। ਅਸੀਂ ਉਸ ਵਕਤ, ਤੁਸੀਂ ਉਹਨਾਂ ਨੂੰ ਕਿਹਾ ਵੀਜ਼ਾ ਅਫਸਰ ਨੂੰ ਕਿ ਨਹੀਂ ਜੀ ਮੈਂ ਜਾ ਕੇ ਉੱਥੇ ਫੁੱਲ ਟਾਈਮ ਕੰਮ ਕਰਾਂਗਾ, ਅਤੇ ਉੱਥੇ ਤਾਂ ਤੁਸੀਂ ਬਹੁਤ ਹੀ ਬਿਲਕੁਲ ਮੇਮਣੇ ਬਣ ਕੇ ਆਪਾਂ ਕਹਿੰਦੇ ਹਾਂ ਕਿ ਵੀ ਵੀ ਵਿਲ ਫੋਲੋ ਦ ਲਾਅ, ਵੀ ਵਿਲ ਡੂ ਦਿਸ, ਵੀ ਵਿਲ ਡੂ ਦਿਸ, ਫਲਾਨਾ ਦਿਸ, ਫਲਾਨਾ ਦਿਸ, ਸਾਈਨ ਕਰ ਕਰਕੇ ਦੇ ਜਾਓ, ਅਤੇ ਇੱਥੇ ਆ ਕੇ ਆਪਾਂ ਸਿਚੁਏਸ਼ਨ ਕਾਇਪਲਟ ਹੋ ਜਾਂਦੀ ਹੈ ਜੀ। ਸੋ ਇਹ ਚੀਜ਼ ਮੈਂ ਤੁਹਾਨੂੰ ਸ਼ੋ ਕਰਨੀ ਸੀ। ਲੈਟ ਮੀ ਜਸਟ ਸ਼ੋ ਯੂ ਸਮਥਿੰਗ ਐਲਸ ਆਲਸੋ ਇਫ ਆਈ ਮੇ, ਕਿ ਹੈ ਕੀ ਹੈ, ਜਸਟ ਮਿਨਟ, ਇਹਦਾ ਇਮੀਗ੍ਰੇਸ਼ਨ ਐਂਗਲ ਕੀ ਹੈ ਉਹ ਮੈਂ ਤੁਹਾਨੂੰ ਦਿਖਾ ਦਿਆਂ। ਐਕਚੁਲੀ ਇਮੀਗ੍ਰੇਸ਼ਨ ਐਂਗਲ, ਇਹ ਜਿਹੜਾ ਲਾਅ ਹੈ, ਕਾਨੂੰਨ ਹੈ, ਇਹ ਗਵਰਨਮੈਂਟ ਆਫ ਕੈਨੇਡਾ ਜਸਟਿਸ ਲਾਅ ਵੈਬਸਾਈਟ 'ਤੇ ਦਿੱਤਾ ਹੋਇਆ, ਵਰਕ ਪਰਮਿਟ ਦੇ ਹਵਾਲੇ ਸਾਰਾ ਇਹਨਾਂ ਨੇ ਸ਼ੋ ਕੀਤਾ ਹੋਇਆ। ਲੈਟ ਮੀ ਜਸਟ ਸ਼ੋ ਯੂ ਸਮਥਿੰਗ ਹੇਅਰ। ਸੋ ਵਰਕ ਪਰਮਿਟ ਦਾ ਸੈਕਸ਼ਨ ਹੈ, ਦਿਸ ਇਜ਼ ਰੈਗੂਲੇਸ਼ਨ 201, ਉੱਪਰ ਤੁਸੀਂ ਦੇਖ ਰਹੇ ਹੋ ਸਕਰੀਨ 'ਤੇ, ਇੱਕ ਰੈਲੀਵੈਂਟ ਚੀਜ਼ ਹੈ ਤੁਹਾਨੂੰ ਮੈਂ ਦਿਖਾਉਣੀ ਹੈ। ਐਕਚੁਲੀ ਬੇਸਡ ਔਨ ਸਟੂਡੈਂਟਸ, ਇਟਸ ਡਾਊਨ ਬਿਲੋ, ਲੈਟ ਮੀ ਸੀ ਵੇਅਰ ਦੈਟ ਇਜ਼, ਇਟਸ ਪ੍ਰੋਬਬਲੀ ਕਮਿੰਗ ਸਮਵੇਅਰ ਹੇਅਰ, ਲੈਟਸ ਟੇਕ ਅ ਲੁੱਕ। ਇਹ ਹੈ ਸੈਕਸ਼ਨ, ਉੱਪਰ ਤੁਸੀਂ ਦੇਖ ਰਹੇ ਹੋ ਸੈਕਸ਼ਨ 203, An officer shall not issue a work permit to a foreign national, number 1A, is a reasonable grounds to believe that foreign national is unable to perform the work sought. Dekho tuhanu main dassna itthe eh hai cheez asli, the foreign national has engaged in unauthorized study or work in Canada or has failed to comply with the condition of previous permit authorization. Matlab eh hai ki dobara unhanu work permit agar dena hai, so ਆਫਿਸਰ ਨੇ ਇਹ ਕਲੋਜ਼ ਦੇਖਣਾ ਹੈ ਕਿ ਵੀ ਇਹਨੂੰ ਇਹ ਪਹਿਲਾਂ ਹੀ ਇੱਕ ਵਾਇਲੇਸ਼ਨ ਕਰ ਚੁੱਕਿਆ ਹੈ, ਅਤੇ ਇਹਨੂੰ ਦੁਬਾਰਾ ਉੱਪਰ ਪਰਮਿਟ ਦੇਣਾ ਹੈ ਦੇਣਾ, ਅਨਲੈਸ ਦੇਅਰ ਸਮ ਐਕਸੈਪਸ਼ਨ। ਹਮੇਸ਼ਾ ਲਾਅ ਵਿੱਚ ਹਮੇਸ਼ਾ ਹੁੰਦਾ ਹੈ ਕਿ ਐਕਸੈਪਟ ਡੀਏ, ਐਕਸੈਪਟ ਵੋ। ਸੋ ਐਕਸੈਪਟ ਅਗਰ ਟੈਂਪਰੇਰੀ ਰੈਸੀਡੈਂਟ ਪਰਮਿਟ, ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਵੀ ਟੈਂਪਰੇਰੀ ਰੈਸੀਡੈਂਟ ਪਰਮਿਟ ਉਹ ਇਸ਼ੂ ਸ਼ਾਇਦ ਕੀਤਾ ਹੋਇਆ, ਜੇ ਮਿਲ ਗਿਆ ਤਾਂ ਫਿਰ ਇਹ ਫਸਟ ਕਲੋਜ਼ ਦੇ ਥਰੂ ਸ਼ਾਇਦ ਉਹਨਾਂ ਨੂੰ ਮਿਲ ਜਾਏਗਾ। ਅਗਰ ਜੇ ਨਹੀਂ ਮਿਲਦਾ, ਦੈਨ ਦ ਆਫਿਸਰ ਹੈਜ਼ ਟੂ ਵੇਟ ਫੋਰ 6 months, 6 ਮਹੀਨੇ ਵੇਟ ਕਰੇਗਾ, ਉਹਦੇ ਬਾਅਦ ਦੁਬਾਰਾ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਮਿਲਣਾ ਹੈ, ਅਦਰਵਾਈਜ਼ ਨਹੀਂ ਮਿਲਣਾ। ਠੀਕ ਹੈ, ਜਾਂ ਤਾਂ 6 ਮਹੀਨੇ ਵੇਟ ਕਰੋ, ਜਾਂ ਤਾਂ ਅਗਰ ਟੀ ਆਰ ਪੀ ਇਸ਼ੂ ਹੋ ਗਿਆ, ਜਿਹੜਾ ਮੈਂ ਤੁਹਾਨੂੰ ਪਹਿਲੇ ਹੀ ਆਰਟੀਕਲ ਵਿੱਚ ਦਿਖਾਇਆ ਸੀ ਕਿ ਵੀ TRP ਹੋ ਗਿਆ ਇਸ਼ੂ। ਆਹ ਦੇਖੋ, ਤੁਹਾਨੂੰ ਮੈਂ ਦਿਖਾਇਆ ਸੀ ਨਾ ਕਿ ਵੀ ਸੰਧੂ ਹੈਜ਼ ਅਪਲਾਈਡ ਟੂ IRCC ਫੋਰ ਅ ਟੈਂਪਰੇਰੀ ਰੈਸੀਡੈਂਟ ਪਰਮਿਟ, ਇਹਦੀ ਗੱਲ ਮੈਂ ਕਰ ਰਿਹਾ ਸੀ। ਅਗਰ ਜੇ ਟੈਂਪਰੇਰੀ ਰੈਸੀਡੈਂਟ ਪਰਮਿਟ, ਕਿਉਂਕਿ ਇਹਦੇ ਵਕੀਲਾਂ ਦੇ ਖੇਡ ਹੈ ਸਾਰੇ, ਵਕੀਲਾਂ ਨੂੰ ਪਤਾ ਹੈ ਕਿ ਇਸ ਲਾਅ ਵਿੱਚ ਕੀ ਹੈ, ਉਧਰ ਲਾਅ ਵਿੱਚ ਕੀ ਹੈ, ਇਹ ਕਰ ਲਓ ਜੀ ਉਹ ਹੋ ਜਾਏਗਾ, ਉਹ ਕਰ ਲਓ ਜੀ ਆਹ ਹੋ ਜਾਏਗਾ, ਅਤੇ ਪਹਿਲਾਂ ਹੀ ਉਹਨਾਂ ਨੇ ਸੋਚੀ ਸਮਝੀ ਪਲੈਨਿੰਗ ਨਾਲ TRP ਅਪਲਾਈ ਕਰਤਾ। ਜੇ TRP ਮਿਲ ਗਿਆ ਤਾਂ ਫਿਰ ਦੁਬਾਰਾ ਵਰਕ ਪਰਮਿਟ ਵੀ ਮਿਲ ਜਾਊਗਾ, ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਇਹਨਾਂ ਦੀ ਇੱਥੇ ਵੈਬਸਾਈਟ 'ਤੇ। ਸੋ ਅਗਰ ਨਹੀਂ ਹੈ ਤਾਂ ਫਿਰ ਇੱਥੇ ਫਿਰ ਰਿਮੂਵਲ ਆਰਡਰ ਹੈ, ਦੈਨ ਹੀ ਹੈਜ਼ ਟੂ ਗੋ ਬੈਕ ਟੂ ਇੰਡੀਆ, ਵੇਟ ਫੋਰ, according to what I see is wait for another 6 months and then reapply again to come back, and then that's a problem. So gal ye hai ke bhaji ke law pa break na kariye bhai, law break karde hain te fir violation ho ke tanu apna consequences bhugatna hi padega. So dekh lo, ye hai article, international student photo bhi aayi hai Jawandeep di, te truck driver ਕਰ ਰਹੇ ਹਾਂ ਪੜ੍ਹਾਈ ਅਤੇ ਚਲਾ ਰਹੇ ਹਾਂ ਟਰੱਕ, ਅਤੇ ਨੋਟ ਉੱਧਰ ਛਾਪ ਰਹੇ ਹਾਂ, ਅਤੇ ਵਾਇਲੇਸ਼ਨ ਕਰਕੇ ਆਰਟੀਕਲ ਆ ਗਿਆ ਹੈ ਅੱਜ ਨੈਸ਼ਨਲ ਨਿਊਜ਼ ਹਰ ਜਗ੍ਹਾ, May 13 ਨੂੰ ਲਿਖਿਆ, ਉੱਪਰ ਇੰਟਰਨੈਸ਼ਨਲ ਸਟੂਡੈਂਟ ਅਰੈਸਟਡ, ਫੋਟੋ ਬਣੀ ਹੋਈ ਹੈ। ਥੈਂਕ ਯੂ ਵੈਰੀ ਮੱਚ ਫੋਰ ਯਰ ਟਾਈਮ, ਕਮੈਂਟ ਜ਼ਰੂਰ ਆਪਣਾ ਦਿਓ। ਮੇਰਾ ਸਿਰਫ ਇੰਨਾ ਕਹਿਣਾ ਹੈ ਤੁਹਾਨੂੰ ਸਾਰੇ ਲੋਕਾਂ ਨੂੰ ਕਿ ਵੀ ਜਿਹੜਾ ਕਾਨੂੰਨ ਹੈ, ਕਾਨੂੰਨ ਦੇ ਉੱਪਰ ਕੋਈ ਨਹੀਂ ਹੈ। ਜੇ ਕਾਨੂੰਨ ਕਹਿ ਰਿਹਾ ਕਿ 20 hours, ਡੈਟ ਮੀਨ 20 hours ਹੀ ਹੋਣਾ ਹੈ, 21 ਨਹੀਂ ਹੋਣਾ। ਠੀਕ ਹੈ, ਸੋ ਜਸਟ ਬੀ ਰਿਸਪੈਕਟਫੁਲ ਆਫ ਦਾ ਕਾਨੂੰਨ, ਕੈਨੇਡਾ ਦਾ ਕਾਨੂੰਨ ਦੀ ਰਿਸਪੈਕਟ ਕਰੋ। ਗਾਂ ਜਾ ਕੇ ਤੁਸੀਂ PR ਅਪਲਾਈ ਕਰਨਾ, ਕੁਛ ਹੋਰ ਅਪਲਾਈ ਕਰਨਾ, ਇਹ ਜਿੱਥੇ ਵੀ ਵਾਇਲੇਸ਼ਨ ਕਰ ਰਹੇ ਹੋ, ਵਾਇਲੇਸ਼ਨ ਸਾਰੇ ਤੁਹਾਡੀ ਹਿਸਟਰੀ ਵਿੱਚ ਜਮ੍ਹਾਂ ਹੋ ਕੇ ਸਾਹਮਣੇ ਆਉਣਗੇ, ਸੋ ਇਟ ਵਿਲ ਕ੍ਰੀਏਟ ਅ ਪ੍ਰੋਬਲਮ। ਥੈਂਕ ਯੂ ਵੈਰੀ ਮੱਚ ਫੋਰ ਯਰ ਟਾਈਮ।